ਇੰਗਲੈਂਡ ਗਏ ਪੰਜਾਬ ਦੇ ਇੱਕ ਹੋਰ ਮੁੰਡੇ ਦੀ ਜਾਨ ਚਲੀ ਗਈ ਹੈ ਅਤੇ ਇਸ ਵਾਰ ਵੀ ਕੁੜੀ ਦੇ ਮੁਕਰਨ ਦੇ ਇਲਜ਼ਾਮ ਲੱਗੇ ਨੇ ਅਤੇ ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਉਹਨਾਂ ਨੇ ਹੀ ਸਾਰਾ ਖਰਚਾ ਕੀਤਾ ਸੀ ਅਤੇ ਪਹਿਲਾਂ ਕੁੜੀ ਨੂੰ ਇੰਗਲੈਂਡ ਭੇਜਿਆ ਅਤੇ ਫਿਰ ਉਹਨਾਂ ਦਾ ਬੇਟਾ ਇੰਗਲੈਂਡ ਗਿਆ ਪਰ ਉੱਥੇ ਜਾ ਕੇ ਕੁੜੀ ਬਦਲ ਗਈ ਅਤੇ ਉਸ ਨੇ ਲੜਕੇ ਨੂੰ ਆਪਣੇ ਕਮਰੇ ਦੇ ਵਿੱਚ ਹੀ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਕੁਝ ਦਿਨਾਂ ਬਾਅਦ ਹੀ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਉਹ ਇੰਗਲੈਂਡ ਦੇ ਵਿੱਚ ਰੁਲਦਾ ਰਿਹਾ ਅਤੇ ਬਿਮਾਰ ਹੋ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ ਤਾਂ ਸਤੰਬਰ 2023 ਦੇ ਵਿੱਚ ਦੋਵਾਂ ਦਾ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਕੁਝ ਮਹੀਨਿਆਂ ਬਾਅਦ ਲੜਕੀ ਇੰਗਲੈਂਡ ਚਲੇ ਗਈ ਅਤੇ ਦਸੰਬਰ 2023 ਦੇ ਵਿੱਚ ਲੜਕਾ ਵੀ ਉਸ ਦੇ ਕੋਲ ਬਾਹਰ ਚਲੇ ਗਿਆ ਜਿਸ ਦੀ ਹੁਣ ਮੌਤ ਹੋ ਗਈ ਹੈ ਤਾਂ ਇੰਗਲੈਂਡ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋਈ ਹੈ 8 ਮਹੀਨੇ ਪਹਿਲਾਂ ਕਰੀਬ ਇੰਗਲੈਂਡ ਗਿਆ ਸੀ ਪਹਿਲਾਂ ਵਿਆਹ ਕਰਵਾ ਕੇ ਲਾੜੀ ਨੂੰ ਵਿਦੇਸ਼ ਭੇਜਿਆ ਅਤੇ ਫਿਰ ਕੁਝ ਮਹੀਨੇ ਬਾਅਦ ਮੁੰਡਾ ਵੀ ਇੰਗਲੈਂਡ ਚਲੇ ਗਿਆ ਕੁੜੀ ਤੇ ਇੰਗਲੈਂਡ ਜਾ ਕੇ ਮੁੱਕਰਨ ਦੇ ਇਲਜ਼ਾਮ ਲਾਏ ਨੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਬੜੇ ਚਾਵਾਂ ਦੇ ਨਾਲ ਆਪਣੇ ਬੇਟੇ ਦਾ ਵਿਆਹ ਕੀਤਾ ਸੀ ਅਤੇ ਸਾਰਾ ਖਰਚਾ ਵੀ ਖੁਦ ਹੀ ਕੀਤਾ ਸੀ ਲਿਮਟਾਂ ਚੁੱਕ ਕੇ ਕਰਜ਼ਾ ਚੁੱਕ ਕੇ ਮੁੰਡੇ ਅਤੇ ਕੁੜੀ ਨੂੰ ਇੰਗਲੈਂਡ ਭੇਜਿਆ ਸੀ ਪਰ ਹੁਣ ਉਹਨਾਂ ਦੇ ਮੁੰਡੇ ਦੀ ਜਾਨ ਚਲੀ ਗਈ ਹੈ ਮਲੇਰਕੋਟਲਾ ਦੇ ਨਾਲ ਲੱਗਦਾ ਪਿੰਡ ਚੀਮਾ ਜਿੱਥੋਂ ਦਾ ਰਹਿਣ ਵਾਲਾ ਗੁਰਬੀਰ ਸਿੰਘ ਜਿਸ ਦੀ ਇੰਗਲੈਂਡ 'ਚ ਮੌਤ ਹੋ ਗਈ ਹੈ ਦੱਸਦੀਏ ਕਿ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਪਹਿਲਾਂ ਆਪਣੀ ਨੂੰਹ ਨੂੰ ਪੈਸੇ ਖਰਚ ਕਰਕੇ ਵਿਦੇਸ਼ ਭੇਜਿਆ ਅਤੇ ਫਿਰ ਉਸ ਦੇ ਬੇਸ 'ਤੇ ਹੀ ਉਹਨਾਂ ਦਾ ਬੇਟਾ ਵੀ ਇੰਗਲੈਂਡ ਗਿਆ ਸੀ ਪਰ ਉੱਥੇ ਜਾ ਕੇ ਲੜਕੀ ਨੇ ਲੜਕੇ ਨੂੰ ਆਪਣੇ ਘਰ ਦੇ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ ਅਤੇ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਤੋਂ ਬਾਅਦ ਉਹ ਇੰਗਲੈਂਡ ਦੇ ਵਿੱਚ ਰੁਲਦਾ ਰਿਹਾ ਅਤੇ ਉਹ ਬਿਮਾਰ ਹੋ ਗਿਆ ਅਤੇ ਹੁਣ ਉਸ ਦੀ ਮੌਤ ਹੋ ਗਈ ਹੈ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ ਮੇਰੇ ਬੇਟੇ ਨੂੰ ਮੈਂ ਸਤੰਬਰ 'ਚ ਵਿਆਹ ਕਰਿਆ ਜੀ ਵਿਆਹ ਕਰਨ ਤੋਂ ਬਾਅਦ ਅਕਤੂਬਰ 'ਚ ਕੁੜੀ ਨੂੰ ਬਾਹਰੇ ਭੇਜਿਆ ਸਾਰੇ ਪੈਸੇ ਮੈਂ ਲਾਏ ਜੀ ਕੋਲ ਪੈਸੇ ਲਾ ਕੇ ਬਾਹਰੇ ਜਾਣ ਤੋਂ ਬਾਅਦ ਡੇਢ ਕੁ ਮਹੀਨੇ ਦੇ ਵਿੱਚ ਵਿੱਚ ਬੇਟੇ ਦਾ ਵੀਜ਼ਾ ਆ ਕੇ ਉਹਨੂੰ ਵੀ ਦਸੰਬਰ ਦੇ ਵਿੱਚ ਮੈਂ ਬਾਹਰ ਭੇਜਤਾ ਜੀ ਅਤੇ ਦਸੰਬਰ 'ਚ ਉਹਨੂੰ ਜਾਣ ਸਾਰ ਕੁੜੀ ਨੇ ਇਹੀ ਕਰਨ ਲੱਗੀ ਉਹ ਤਾਂ ਡਿਸਪੈ ਪਾਉਣ ਲੱਗੀ ਵੀ ਮੈਨੂੰ ਪੈਸੇ ਦੱਸ ਕਿੰਨੇ ਲੈ ਕੇ ਆਏ ਆ ਕਿੰਨੇ ਨਹੀਂ ਅਤੇ ਉਦੋਂ ਬਾਅਦ ਪੈਸੇ ਹੋਰ ਮੰਗਾ ਘਰੋਂ ਉਹਨੂੰ ਧਮਕੀ ਜ਼ੋਰ ਲਾਉਣ ਲੱਗੇ ਅਤੇ ਉਦੋਂ ਬਾਅਦ ਹੀ ਉਹ ਬੇਟੇ ਨੇ ਪੈਸਿਆਂ ਕਨੀ ਮਨਾ ਕਰਤਾ ਵੀ ਮੈਂ ਘਰੋਂ ਨਹੀਂ ਮੰਗਾਉਂਦਾ ਵੀ ਉਰੇ ਚਾਹੇ ਮੈਂ ਕੰਮ ਕਰਕੇ ਆਪਦਾ ਉਹ ਕਰੂੰਗਾ ਅਤੇ ਉਹਨੇ 9-10 ਦਿਨ ਰੱਖਣ ਦੇ ਉਹ ਅਤੇ 2 ਦਸੰਬਰ ਨੂੰ 2 ਜਨਵਰੀ ਨੂੰ ਉਹਨੂੰ ਧਮਕੀਆਂ ਦੇ ਉਹਦਾ ਸਮਾਨ ਬਾਹਰੇ ਛੱਡਤਾ ਜੀ ਕਮਰੇ ਤੋਂ ਉਹਨੂੰ ਧਮਕੀ ਕਿਹਾ ਵੀ ਤੇਰੇ ਬਾਪ ਦਾ ਕਮਰਾ ਨਹੀਂ ਤੂੰ ਇੱਥੋਂ ਜਾ ਅਤੇ ਉਹ ਬਹੁਤ ਦਿਨ ਬਾਹਰੇ ਭੜਕਦਾ ਫਿਰਿਆ ਜੀ ਕਦੇ ਪੁਲਾਂ ਥੱਲੇ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਰਾਤ ਕੱਟੀ ਅਸੀਂ ਉੱਥੋਂ ਅਤੇ ਉਦੋਂ ਬਾਅਦ ਅਸੀਂ ਪਿੰਡ ਦੇ ਬੰਦਿਆਂ ਨੂੰ ਉੱਥੇ ਸੰਪਰਕ ਕਰਿਆ ਅਤੇ ਉਹ ਉਹਨੂੰ ਘਰ ਲੈ ਕੇ ਗਏ ਜੀ ਹਾਂਜੀ ਉਹਨਾਂ ਨੇ ਕੰਮ ਦਵਾਇਆ ਅਤੇ ਉਹਨੂੰ ਰਹਿਣ ਲਈ ਕਿਰਾਏ 'ਤੇ ਕਮਰਾ ਦਿੱਤਾ ਸਾਰਾ ਕੁਝ ਉਹ ਕਰਿਆ ਜੀ ਫਿਰ ਵੀ ਉਹਨੂੰ ਧਮਕੀਆਂ ਮਿਲਦੀਆਂ ਰਹੀਆਂ ਨੇ ਫਿਰ ਉਹਦੇ ਕੱਪੜੇ ਵੀ ਖੋਲ੍ਹੇ ਗਏ ਜਾ ਕੇ ਵੀ ਉਹਦਾ ਕਾਰਡ ਪਾਸਪੋਰਟ ਕਾਗਜ਼ ਅਸੀਂ ਆਪਦੇ ਕੋਲ ਜ਼ਬਤ ਕਰ ਲਈਏ ਅਤੇ ਜ਼ਬਤ ਕਰਨ ਦੇ ਉਹਦਾ ਵਰਕ ਪਰਮਿਟ ਖਤਮ ਹੋ ਰਿਹਾ ਸੀਗਾ ਅਸੀਂ ਬਹੁਤ ਅਪੀਲ ਕਰੀ ਇੱਥੇ ਪੰਚਾਇਤਾਂ ਨੂੰ ਵੀ ਫਿਰ SSP ਸਾਹਿਬ ਦੇ ਵੀ ਅਪੀਲ ਕਰੀ ਵੀ ਸਾਨੂੰ ਉਹ ਕਰੋ ਉਹਦੇ ਮਾਂ ਬਾਪ ਜਨਮਾਂ ਹੀ ਮੰਨੇ ਨਹੀਂ ਜੀ ਕਹਿੰਦੇ ਸਾਡੀ ਕੁੜੀ ਨੇ ਰਹਿਣਾ ਨਹੀਂ ਨਾ ਅਸੀਂ ਕਿਹਾ ਵੀ ਅਸੀਂ ਵਿਆਹ ਕਰਿਆ ਘਰ ਵਸਾਉਣ ਨੂੰ ਕਰਿਆ ਜੀ ਨਾ ਕਿ ਉਜਾੜ ਦੇਣਾ ਅਤੇ ਉਹਨਾਂ ਨੇ ਇੱਕ ਨਾ ਸੁਣੀ ਜੀ ਥਾਣੇ ਦੇ ਵਿੱਚ 1 ਦਿਨ ਕਹੇ 2 ਦਿਨ ਕਹੇ ਕਿ 10-10 ਦਿਨ ਆਉਂਦੇ ਨਹੀਂ ਸੀਗੇ ਇੱਥੇ ਸੱਦਦੇ ਰਹੇ ਨੇ SSP ਸਾਹਿਬ ਆਪਣੇ ਸੰਦੌੜ ਥਾਣੇ 'ਚ ਜੀ ਫਿਰ ਵੀ ਜੇ ਉਹਨਾਂ ਨੇ 5 ਦਿਨ ਕਹਿਣਾ 20 ਦਿਨ ਆਉਣਾ ਨਾ ਫਿਰ ਵੀ ਲਾਰੇ ਲਾਈ ਗਏ ਅਸੀਂ ਕੁੜੀ ਨੂੰ ਸਮਝਾਉਂਦੇ ਹਾਂ ਅਸੀਂ ਕੁੜੀ ਨੂੰ ਸਮਝਾਉਂਦੇ ਹਾਂ ਬਾਅਦ ਉਹਨਾਂ ਨੇ ਜਵਾਬ ਦਿੱਤਾ ਜੀ ਵੀ ਅਸੀਂ ਨਹੀਂ ਕੁੜੀ ਤੋਰਨੀ
ਵੀ ਉਹਦੇ ਕੋਲ ਜਾਣਾ ਨਹੀਂ ਜੀ। ਉਸ ਤੋਂ ਬਾਅਦ ਮੁੰਡੇ ਨੂੰ ਉੱਥੇ ਵੀ ਧਮਕਿਆ, ਕੁੜੀ ਨੇ ਜਾ ਕੇ ਮਰਨ ਤੋਂ 3 ਦਿਨ ਪਹਿਲਾਂ ਉਹਦੇ ਫਿਰ ਟੇਚੀ ਟੂਚੀ ਫੋਲੇ ਜੀ ਵੀ ਸਾਨੂੰ ਕਾਗਜ਼ ਮਿਲ ਜਾਣ, ਉਹਦੇ ਕਾਗਜ਼ ਅਸੀਂ ਰਿਪੋਰਟ ਕਰਾਈਏ। ਹਾਂਜੀ ਹਾਂਜੀ, ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ਼ ਮਿਲੇ ਜੀ, ਸਾਡੇ ਬੇਟੇ ਨੂੰ ਜਿਹੜਾ ਕੁਛ ਹੋਇਆ ਉਹਨੂੰ ਇਨਸਾਫ਼ ਮਿਲੇ ਜੀ, ਗਾਹਾਂ ਨੂੰ ਕੋਈ ਹੋਰ ਨਾ ਕਰੇ ਕੰਮ। ਮਾਤਾ ਦੀ ਗੱਲ ਹੀ ਆਪਾਂ, ਮੈਂ ਧਰਮਿੰਦਰ ਸਿੰਘ ਗੁਰਵੀਰ ਸਿੰਘ ਦਾ ਚਾਚਾ ਜੀ। ਮੈਂ ਅਸੀਂ ਆਪਣੇ ਭਤੀਜੇ ਨੂੰ ਵਿਆਹ ਕਰਕੇ ਬਾਹਰ ਭੇਜਿਆ ਸੀਗਾ ਇੰਗਲੈਂਡ ਦੇ ਵਿੱਚ, ਅਤੇ ਉਹ 19 ਦਸੰਬਰ ਨੂੰ ਗਿਆ ਸੀਗਾ, ਅੱਜ 8 ਮਹੀਨੇ ਹੋਏ ਨੇ ਹਜੇ ਗਏ ਨੂੰ। ਅਤੇ ਉਹਨੂੰ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਦੇ ਕੁੜੀ ਵੱਲੋਂ ਕਾਫੀ ਤੰਗ ਪਰੇਸ਼ਾਨ ਕੀਤਾ ਗਿਆ ਜੀ। 27 ਸਤੰਬਰ ਦਾ ਉਹਦਾ ਵਿਆਹ ਸੀਗਾ ਜੀ, ਅਸੀਂ ਸਾਰਾ ਪੈਸਾ ਮੇਰੇ ਭਰਾ ਨੇ ਮੇਰੇ ਭਰਜਾਈ ਨੇ ਸਾਰਾ ਇਕੱਠਾ ਕਿਸੇ ਤੋਂ ਲਿਮਟਾਂ ਲੈ ਕੇ ਕਰਜ਼ਾ ਲੈ ਕੇ ਉਹ ਅਸੀਂ ਭਰਿਆ, ਗੱਡੀਆਂ ਤੱਕ ਸੀਗੀਆਂ ਮੇਰੇ ਭਰਾ ਕੋਲ, ਉਹ ਵੇਚ ਕੇ ਅਸੀਂ ਉਹਨਾਂ ਨੂੰ ਤੋਰਿਆ ਗਾ ਜੀ। ਪਰ ਉਹਨਾਂ ਨੇ ਉੱਥੇ ਜਾ ਕੇ ਟੋਟਲੀ 8 ਜਾਂ 9 ਦਿਨ ਭਤੀਜੇ ਨੂੰ ਰੱਖਿਆ ਗਾ ਨਾਲ, ਉਹਨਾਂ ਨੇ ਰੱਖਣ ਤੋਂ ਬਾਅਦ ਉਹਨੂੰ ਘਰੋਂ ਧੱਕੇ ਮਾਰ ਕੇ ਕੱਢਤਾ, ਜਿੰਨਾ ਉਹਦੇ ਕੋਲ ਪੈਸੇ ਦੇ ਕੇ ਇੱਥੋਂ ਭੇਜਿਆ ਸੀ ਸਾਰੇ ਉਹਦੇ ਪੈਸੇ ਖੋਲੇ ਅਤੇ ਉਹਦੇ ਕੱਪੜੇ ਵੀ ਖੋਲੇ ਗਏ ਨੇ। ਉਦੋਂ ਜਦੋਂ ਬਿਮਾਰ ਹੋਏ ਖੱਜਲ ਖੁਆਰ ਹੁੰਦਾ ਰਿਹਾ ਉਹ ਪੁਲਾਂ ਦੇ ਥੱਲੇ, ਕਦੇ ਕਿਤੇ 15-20 ਦਿਨ ਇੱਦਾਂ ਹੀ ਧੱਕੇ ਖਾਂਦਾ ਰਿਹਾ ਉਹ ਜੰਗਲਾਂ ਦੇ ਵਿੱਚ ਕਦੇ ਕਿਤੇ। ਫਿਰ ਸਾਡੇ ਪਿੰਡ ਦੇ ਬੰਦੇ ਮਿਲੇ, ਉਹਨਾਂ ਨੂੰ ਫੋਨ ਕਰਕੇ ਉਹਦੀ ਠਹਿਰ ਦਾ ਬੰਦੋਬਸਤ ਕੀਤਾ, ਉਹਨੂੰ ਕੰਮ ਦਾ ਬੰਦੋਬਸਤ ਕੀਤਾ, ਫਿਰ ਵੀ ਉਹ ਲੜਕੀ ਵਾਲੇ ਉਹਨੂੰ ਉੱਥੋਂ ਉਹਦੇ ਜਿਹੜੇ ਮਾਮੇ ਦੇ ਮੁੰਡੇ ਅਤੇ ਨੂੰਹ ਉਹਦੀ ਮਾਮੇ ਦੀ ਉਹਨਾਂ ਨੂੰ ਧਮਕੀਆਂ ਦਿੰਦੇ ਸੀ, ਅਸੀਂ ਇੱਥੋਂ ਤੈਨੂੰ ਡਿਪੋਰਟ ਕਰਾ ਦਿਆਂਗੇ, ਤੈਨੂੰ ਮਾਰ ਦਿਆਂਗੇ, ਇੱਥੋਂ ਤੱਕ ਇੱਥੇ ਵੀ ਫੋਨ ਕਰਦੇ ਰਹੇ ਉਹ ਧਮਕੀਆਂ ਵਾਸਤੇ। ਅਤੇ ਲਾਸਟ ਮਰਨ ਤੋਂ ਉਹਦੇ 4 ਦਿਨ ਪਹਿਲਾਂ ਉਹ ਕੁੜੀ ਆ ਕੇ ਉਹਦੇ ਕਮਰੇ 'ਚ ਉਹਦੇ ਸਮਾਨ ਵੀ ਫੋਲ ਕੇ ਗਈ ਹੈ, ਉਹਦੇ ਜਿਹੜੇ ਪੈਸੇ ਪਏ ਸੀ ਉਹ ਵੀ ਕੱਢ ਕੇ ਲੈ ਕੇ ਗਈ ਹੈ ਲਾਸਟ ਆ ਕੇ। ਅਤੇ ਅਸੀਂ ਇਨਸਾਫ਼ ਦੀ ਮੰਗ ਕਰਦੇ ਹਾਂ। ਜਿੱਦਣੇ ਬਿਮਾਰ ਹੋਇਆ ਅਸੀਂ, ਮੈਂ ਖੁਦ ਉਹਦੇ ਫਾਦਰ ਸਾਹਿਬ ਨੂੰ ਫੋਨ ਕੀਤਾ ਵੀ ਤੁਸੀਂ ਆਪਣੀ ਕੁੜੀ ਨੂੰ ਫੋਨ ਕਰੋ, ਉਹਨੂੰ ਐਡਮਿਟ ਨਹੀਂ ਕਰ ਰਹੇ ਸੀ। ਅਗਰ ਬੱਚੇ ਨੂੰ ਸਾਡੇ ਨੂੰ ਐਡਮਿਟ ਕੀਤਾ ਜਾਂਦਾ ਉਹ 7-8 ਘੰਟੇ ਹੋਸਪਿਟਲ ਦੇ ਬਾਹਰ ਰਿਹਾ, ਅਗਰ ਉਸਨੂੰ ਸਹੀ ਟਾਈਮ 'ਤੇ ਟ੍ਰੀਟਮੈਂਟ ਮਿਲ ਜਾਂਦਾ, ਫਸਟ ਏਡ ਮਿਲ ਜਾਂਦੀ, ਤਾਂ ਉਹਦਾ ਇਹ ਹਾਦਸਾ ਹੋਣ ਤੋਂ ਬਚ ਜਾਣਾ ਸੀਗਾ। ਕਿਉਂਕਿ ਉਹਦੇ ਫਾਦਰ ਨੂੰ ਮੈਂ ਫੋਨ ਕੀਤਾ, ਉਹ ਕਹਿ ਰਿਹਾ ਸੀਗਾ ਵੀ ਮੈਂ ਅਸੀਂ ਨਹੀਂ ਭੇਜ ਸਕਦੇ ਆਪਣੀ ਕੁੜੀ ਨੂੰ, ਜਦਕਿ ਵਿਆਹ ਕੀਤਾ ਸੀ ਕੋਈ ਹੋਰ, ਅਸੀਂ ਤਾਂ ਉਹ ਕਹਿ ਨਹੀਂ ਰਹੇ ਸੀਗੇ, ਸਿਰਫ ਇੱਕ ਫੋਨ ਕਾਲ ਦੇ ਉੱਤੇ ਵੀ ਕਹਿ ਰਹੇ ਸੀ ਵੀ ਠੀਕ ਆ ਤੁਸੀਂ ਪੁਲਿਸ ਵਾਲਿਆਂ ਨੂੰ ਤੁਹਾਡੀ ਕੁੜੀ ਇਹ ਕਹਿ ਦੇ ਵੀ ਮੇਰਾ ਹਸਬੈਂਡ ਆ, ਠੀਕ ਹੈ ਡਿਸਪੂਟ ਚੱਲ ਰਿਹਾ ਕੋਈ ਗੱਲ ਨਹੀਂ, ਉਹ ਤਾਂ ਮੈਟਰ ਅਲੱਗ ਹੈ, ਕੋਈ ਇਨਸਾਨੀਅਤ ਦੇ ਨਾਤੇ ਵੀ ਹੁੰਦਾ ਹੈਗਾ ਵੀ ਇਨਸਾਨੀਅਤ ਦੇ ਨਾਤੇ ਵੀ ਆਪਾਂ ਕਿਸੇ ਨੂੰ ਬੰਦੇ ਦੀ ਜਾਨ ਬਚਾ ਸਕਦੇ ਹਾਂ। ਪਰ ਉਹਨਾਂ ਨੇ ਇਹ ਵੀ ਨਹੀਂ ਕੀਤਾ ਹੈਗਾ, ਫੋਨ ਕਰਨ ਦੇ ਬਾਵਜੂਦ ਕੁੜੀ ਨੂੰ ਫੋਨ ਕੀਤਾ, ਕੁੜੀ ਨੇ ਫੋਨ ਬੰਦ ਕਰਤਾ, ਨੈੱਟ ਬੰਦ ਕਰਤਾ, ਉਹਦੇ ਪਿਓ ਨੂੰ ਫੋਨ ਕੀਤਾ, ਉਹਦੇ ਪਿਓ ਨੇ, ਮੈਂ ਰਾਤ ਨੂੰ 11 ਵਜੇ ਤੱਕ ਉਹਨੂੰ ਫੋਨ ਕਰਦਾ ਰਿਹਾ ਪਰ ਉਹਨੇ ਫੋਨ 'ਤੇ ਕੋਈ ਰਿਪਲਾਈ ਨਹੀਂ ਕੀਤਾ।